ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਆ ਸਭ ਦੇ ਸਾਂਝੇ ਆ, ਇਸ ਤਰ੍ਹਾਂ ਉਹਨਾਂ ਦੀ ਬਾਣੀ ਵਿੱਚ ਦਰਜ ਹੈ, ਇਸ ਕਰਕੇ ਇਹ ਵੀ ਸਭ ਦੇ ਸਾਂਝੇ ਆ। ਆਪਾਂ ਜਾਤ ਪਾਤ ਤੋਂ ਉੱਠ ਕਰਕੇ ਸਤਿਗੁਰੂ ਗੁਰਦਾਸ ਮਹਾਰਾਜ ਜੀ ਦਾ ਜਿਹੜਾ ਸੰਦੇਸ਼ ਹੈ ਮਾਨਸ ਕੀ ਜਾਤ ਸਭ ਇੱਕ ਪਹਿਚਾਣ ਵਾਲਾ, ਉਹਨੂੰ ਆਪਾਂ ਲਾਗੂ ਕਰੀਏ। ਬੇਗਮਪੁਰ ਦੇ ਵਾਸੀ ਬਣੀਏ, ਬੇਗਮਪੁਰ ਜਾਣੀ ਜਿੱਥੇ ਵੀ ਕਿਸੇ ਨੂੰ ਵੀ ਦੁੱਖ ਨਾ ਹੋਵੇ, ਸਭ ਸੁਖੀ ਰਹਿਣ, ਸਭ ਆਪਣਾ ਭਰ ਰਲ ਮਿਲ ਕੇ ਭਰ ਪੇਟ ਰੋਟੀ ਖਾ ਕੇ ਰਹਿਣ। ਐਸਾ ਚਾਹੂੰਗਾ ਕਿ ਮੈਂ ਜਾਂ ਮੇਰੇ ਸਭ ਭਗਵਾਨ ਛੋਟ ਬੜੇ ਸਭ ਸੰਭ ਸੁਰਦਾਸ ਰਹੇ, ਇਸ ਤਰ੍ਹਾਂ ਕਿ ਜਿਹੜੇ ਬਰਾਬਰ ਹੋਵੇ, ਉਹਨਾਂ ਨੂੰ ਵੀ ਪ੍ਰਸੰਨਤਾ ਹੋਵੇ, ਉਹ ਖੁਸ਼ ਹੋਣਗੇ। ਇਸ ਲਈ ਆਪਾਂ ਨੂੰ ਸਾਰਿਆਂ ਨਾਲ ਮਿਲ ਕੇ ਉਪਰਾਲੇ ਕਰਨੇ ਚਾਹੀਦੇ ਆ ਕਿ ਆਪਣੇ ਜਿਹੜੇ ਉਹਨਾਂ ਦੇ ਵਿੱਚ ਕੋਈ ਜਾਤੀ ਪਾਤ ਹੈ, ਉਹਨਾਂ ਵੱਲੋਂ ਪਰੇ ਕਰਕੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਹੈ ਉਹਨੂੰ ਆਪਾਂ ਲਾਗੂ ਕਰੀਏ, ਤਾਂ ਜੋ ਸਭ ਦਾ ਭਲਾ ਹੋ ਸਕੇ। ਜੈ ਗੁਰੂ ਮਹਾਰਾਜ ਜੀ, ਸੰਗਤਾਂ ਨੂੰ ਕੀ ਸੰਦੇਸ਼? ਸਭ ਤੋਂ ਪਹਿਲਾਂ ਜੀ ਸਾਰੀਆਂ ਸੰਗਤਾਂ ਨੂੰ ਜੈ ਗੁਰੂ ਦੇਵ, ਧੰਨ ਗੁਰੂ ਦੇਵ, ਜੈ ਵਾਲਮੀਕ ਜੀ, ਹਰ ਹਰ ਵਾਲਮੀਕ ਜੀ, ਜੈ ਭੀਮ, ਜੈ ਪਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਸਮੂਹ ਸਾਧ ਸੰਗਤ ਜੀ, ਅੱਜ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸਮੁੱਚੀ ਦੁਨੀਆ ਦੇ ਵਿੱਚ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ, ਜਿਹਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਕੋਟਪੁਰਾ ਇਲਾਕੇ ਦੀਆਂ ਸੰਗਤਾਂ ਦੇ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਹਨ। ਸਵਾਈਆਂ ਸੰਗਤਾਂ ਦੇ ਵਾਸਤੇ ਸ਼੍ਰੀ ਗੁਰੂ ਵਾਲਮੀਕ ਜੀ ਧਰਮ ਪ੍ਰਚਾਰ ਸੰਸਥਾ ਪੰਜਾਬ ਦੀ ਯੂਨਿਟ ਭੋਗਪੁਰ ਦੇ ਵੱਲੋਂ ਸੰਗਤਾਂ ਦੇ ਵਾਸਤੇ ਜਿਹੜਾ ਲੰਗਰਾਂ ਦੀਆਂ ਜਿਹੜੀਆਂ ਤਿਆਰੀਆਂ ਕੀਤੀਆਂ ਗਈਆਂ। ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਅੱਜ ਦੇ ਇਸ ਪਾਵਨ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਕੀ ਕਹਿਣਾ ਚਾਹੁੰਦੇ ਜੀ? ਅੱਜ ਦੇ ਦਿਹਾੜੇ 'ਤੇ ਅਸੀਂ ਸਾਰੀ ਸੰਗਤ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ। ਜੋ ਬੋਲੇ ਸੋਨ ਰੁਪਏ ਸ੍ਰਿਸ਼ਟੀਕਰਤਾ ਵਾਲਮੀਕ ਭਗਵਾਨ ਕੀ ਜੈ, ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ, ਜੈ ਭੀਮ ਰਵਿਦਾਸ ਮਹਾਰਾਜ ਕੀ ਜੈ। ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਭਗਵਾਨ ਵਾਲਮੀਕ ਜੀ, ਯੂਨਿਟ ਵੱਲੋਂ, ਨਗਰ ਵੱਲੋਂ, ਸੰਗਤਾਂ ਵੱਲੋਂ ਸਾਰਿਆਂ ਦਾ ਧੰਨਵਾਦ ਜੀ ਆਏਗਾ। ਸੰਗਤਾਂ ਨੂੰ ਕੀ ਸੰਦੇਸ਼? ਅੱਜ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਜੋ ਜਨਮ ਦਿਨ ਮਨਾਇਆ ਜਾ ਰਿਹਾ ਹੈ, ਉਹ ਦੇਸ਼ਾਂ ਪ੍ਰਦੇਸ਼ਾਂ ਅਤੇ ਆਪਣੇ ਦੇਸ਼ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਔਰ ਸੰਗਤਾਂ ਨੂੰ ਇਹੀ ਸੰਦੇਸ਼ ਹੈ ਕਿ ਰਵਿਦਾਸ ਮਹਾਰਾਜ ਜੀ ਦੇ ਚੱਲੇ ਹੋਏ ਪੂਰਨਿਆਂ ਦੇ ਚੱਲਦੇ ਹੋਏ ਆਪਣੇ ਜੀਵਨ ਨੂੰ ਸਫਲ ਬਣਾਈਏ ਔਰ ਜਨਮ ਦਿਨ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਧੰਨਵਾਦ ਜੀ, ਧੰਨਵਾਦ। ਕੀ ਕਹਿਣਾ ਚਾਹੁੰਦੇ ਬੀਬੀ ਜੀ? ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਵਿੱਚ ਸਾਰੀ ਸੰਗਤ ਨੂੰ ਦੇਸ਼ ਪ੍ਰਦੇਸ਼ ਵਿੱਚ ਲੱਖ ਲੱਖ ਵਧਾਈਆਂ, ਕਿਉਂਕਿ ਇਹ ਰਵਿਦਾਸ ਜੀ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਸ਼ੋਭਾ ਯਾਤਰਾ ਦੇ ਨਾਲ ਮਨਾਇਆ ਜਾ ਰਿਹਾ ਹੈ। ਇਹ ਸਾਰਾ ਸੰਸਾਰ ਅੱਖਾਂ ਫੇਰ ਲਵੇ ਅਤੇ ਮਹਾਰਾਜ ਸ਼੍ਰੀ ਗੁਰੂ ਰਵਿਦਾਸ ਜੀ ਬਾਂਹ ਫੜ ਲੈਣ ਤੋਂ ਸਾਨੂੰ ਕਿਸੇ ਦਾ ਕੋਈ ਪਰਵਾਹ ਨਹੀਂ ਹੁੰਦੀ। ਇਸ ਕਰਕੇ ਸਾਰੀ ਜਨਤਾ ਜਿਹੜੀ ਹੈ ਇਹਦੇ ਪੂਰਨਿਆਂ ਦਾ ਚੱਲਣਾ ਚਾਹੀਦਾ। ਸਾਨੂੰ ਫਿਰ ਦੁਬਾਰਾ ਧੰਨਵਾਦ ਜੀ। ਅੱਜ ਪੰਜਾਬ ਹੀ ਨਹੀਂ, ਭਾਰਤ ਹੀ ਨਹੀਂ, ਪੂਰੇ ਵਿਸ਼ਵ ਦੇ ਵਿੱਚ ਜਗਤ ਪਿਤਾਮਾ ਜਗਤ ਸਤਿਗੁਰੂ ਰਵਿਦਾਸ ਮਹਾਰਾਜ ਜੀ, ਜਗਤ ਗੁਰੂ ਜੀਆਂ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ। ਔਰ ਪ੍ਰਕਾਸ਼ ਦਿਹਾੜੇ ਦੇ ਸੰਬੰਧ ਦੇ ਵਿੱਚ ਅੱਜ ਨਗਰ ਕੀਰਤਨ ਜੋ ਕਿ ਬਿਨ ਪਾਲਕੇ ਤੋਂ ਚੱਲ ਕਰਕੇ ਸਤਿਗੁਰੂ ਰਵਿਦਾਸ ਨਗਰ, ਭੋਪਰ ਔਰ ਹੋਰ ਵੱਖ ਵੱਖ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਫਿਰ ਬਿਨ ਪਾਲਕੇ ਸਮਾਪਤੀ ਹੋਏਗੀ। ਔਰ ਸਤਿਗੁਰੂ ਰਵਿਦਾਸ ਮਹਾਰਾਜ ਜੀਆਂ ਦਾ ਜੋ ਸੁਪਨਾ ਸੀਗਾ, ਜੋ ਉਹਨਾਂ ਦਾ ਹੋਕਾ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਸੰਭ ਸੇ ਰਵਿਦਾਸ ਰਹੇ ਪ੍ਰਸੰਨ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਉਪਦੇਸ਼ ਸਾਂਝੀ ਬਾਲਤਾ ਦਾ, ਜਾਤ ਪਾਤ ਨੂੰ ਖਤਮ ਕਰਨੇ ਦਾ, ਜਾਤ ਪਾਤ ਤੋਂ ਉੱਪਰ ਉੱਠ ਕਰਕੇ ਬੇਗਮਪੁਰੇ ਦੀ ਜੋ ਗੱਲ ਕੀਤੀ ਹੈ ਕਿ ਮੈਂ ਬੇਗਮਪੁਰਾ ਵਸਾਉਣਾ ਚਾਹੁੰਦਾ ਹੈ, ਬੇਗਮਪੁਰਾ ਸ਼ਹਿਰ ਕੋ ਨਾਉ, ਦੂਖ ਅੰਦੋ ਨਹੀਂ ਤੇ ਠਾਓ, ਜਿਸ ਤਰ੍ਹਾਂ ਇਹੋ ਜਿਹਾ ਦੇਸ਼, ਇਹੋ ਜਿਹਾ ਬੇਗਮਪੁਰਾ, ਇਹੋ ਜਿਹਾ ਰਾਜ ਭਾਗ ਹੋਣਾ ਚਾਹੀਦਾ ਹੈ ਜਿੱਥੇ ਹਰ ਗਰੀਬ ਔਰ ਅਮੀਰ ਵਿੱਚ ਕੋਈ ਫਰਕ ਨਾ ਹੋਵੇ
और मानवतावादी सोच होनी चाहिए है और यहोजा सपना जो सतगुरु रविदास महाराज जी ने उच्चारण किया और उस सुपने नु पूरा करने लिए समूह साध संगत जात पात तो उपर उठ करके धर्मों तो उपर उठ करके क्योंकि सतगुरु रविदास महाराज जी ने किसी विशेष जात या विशेष धर्म लिए नहीं पूरी मानवतावादी सोच में अगे और मानवतावादी सोच से चलने लिए हर एक इंसान को प्रॉपरता के अधिकार देने की गल की है। सो 643वां प्रकाश दिहाड़ा जिहड़ा कि पूरे वर्ल्ड के मनाया जा रहा और असं यही देशवासियों और वर्ल्ड के यही करांगे बेनती करांगे जो सतगुरों का उपदेश है वो ते चल करके आप सारी सांझी बालता की गल करिए और मनुखता मनुखता का दर्जा देिए। जय गुरुदेव धन्यवाद जी। ठीक कहना चाहना सर संगतों को जो कौंसलर राकेश बग्गा जी ने सतगुरु के बारे अपनी गल सांझी की आ मेरा भी ये विचार आ कि आप जे गुरु रविदास जी को सच्ची मुची गुरु समझते हैं तो उहदियां सिखियावां ते उहनां दे दस्से हुए कम्मां दे अपना जीवन का अंग समझ के ये गल करनी चाहिए है ताकि असी उस महान गुरु नूं समर्पित होकर पूरा जन्म